1975 ਦੇ ਵਿੱਚ ਫਿਲਮ ਆਈ ਸੀ ਵੈਸ਼ੀ ਜੱਟ। ਮੌਲਾ ਜੱਟ ਨੂੰ ਅਨਅਫੀਸ਼ੀਅਲ ਸੀਕੁਅਲ ਮੰਨਿਆ ਗਿਆ ਸੀ ਵੈਸ਼ੀ ਜੱਟ ਦਾ, ਚਾਹੇ ਗੱਲ ਹੋਵੇ ਪੰਜਾਬੀ ਦੇ ਐਕਸੈਂਟ ਦੀ। ਹਾਲਾਂਕਿ ਮਾਹਿਰਾ ਖਾਨ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਇਹ ਫਿਲਮ ਪੰਜਾਬੀ ਦੇ ਨਾਲ ਨਾਲ ਇੰਗਲਿਸ਼, ਉਰਦੂ ਅਤੇ ਚਾਈਨੀਜ਼ ਦੇ ਵਿੱਚ ਵੀ ਰਿਲੀਜ਼ ਕੀਤੀ ਜਾਣੀ ਹੈ। ਨੂਰੀ ਨੱਤ ਦਾ ਰੋਲ ਅਦਾ ਕਰ ਰਿਹਾ ਹਮਜ਼ਾ ਅਲੀ ਅਬਾਸੀ। ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਬਣਦੀਆਂ ਸੀ ਉਹਦੀ ਜਿਹੜੀ ਫੀਲ ਸੀ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੁੰਦੀ ਸੀ। 2014 ਤੱਕ ਫਿਲਮ ਦੀ ਸਕ੍ਰਿਪਟ ਪੂਰੀ ਹੋ ਗਈ ਸੀ ਅਤੇ 2015 ਦੇ ਵਿੱਚ ਸ਼ੂਟ ਵੀ ਸਟਾਰਟ ਹੋ ਗਿਆ ਸੀ। 2018 ਦੇ ਐਂਡ ਤੱਕ ਆਪਾਂ ਨੂੰ ਇਹਦਾ ਫਸਟ ਲੁੱਕ, ਫਿਲਮ ਦੀ ਲੋਕੇਸ਼ਨਸ ਕਾਫੀ ਹੱਦ ਤੱਕ ਕੁਝ ਰੀਅਲ ਨੇ ਜੋ ਕਿ ਓਰਿਜਨਲ, ਲਾਈਕ ਜਿੱਦਾਂ ਇੱਕ ਕਿਲਾ ਯੂਜ਼ ਕੀਤਾ ਗਿਆ